जी। और रमन जीव जी, कुछ शेयर करना चाहोगे भैणा भरावां नूं, जिहड़े साडे स्टूडेंट ने, इन्हां नूं कुछ स्टडी दे हवाले नाल कहना चाहो जरूर कहो, ते फिर इंशाल्लाह इजाजत दी है तुहाडी। ਤੁਸੀਂ ਬਸ ਇਹੀ ਕਹਿਣਾ ਚਾਹੁੰਦੇ ਕਿ ਤੁਹਾਡੀ ਪੜ੍ਹਾਈ ਬਹੁਤ ਵਧੀਆ ਹੈ। ਕੋਈ ਵੀ ਤੁਹਾਡੇ ਨਾਲ ਨਵਾਂ ਵੀ ਸਟੂਡੈਂਟ ਲੱਗਦਾ, ਨਵਾਂ ਇੱਥੇ ਆ ਰਿਹਾ ਕੋਈ, ਉਹ ਵੀ ਜੁਆਇਨ ਕਰਦਾ ਤਾਂ ਉਹਨੂੰ ਲੈਂਗੁਏਜ ਵੀ ਆਊਗੀ, ਉਹਨੂੰ ਤੇ ਲਾਇਸੈਂਸ ਤਾਂ ਉਹਦਾ ਹੋ ਹੀ ਜਾਏਗਾ। ਤੇ हाँ ਸਟੱਡੀ गुड। ਤੁਹਾਡੀ ਬਹੁਤ ਵਧੀਆ ਸਰ, ਜਿਵੇਂ ਬੱਚਿਆਂ ਨੂੰ ਕੋਈ ਟ੍ਰੀਟ ਕਰਦਾ, ਬੱਚਿਆਂ ਨੂੰ ਕੋਈ ਪੜ੍ਹਾਉਂਦਾ ਹੈ, ਕੋਈ ਵੀ ਮਾੜੀ ਮਾੜੀ ਗੱਲ ਨਹੀਂ ਸਮਝ ਆਉਂਦੀ ਤਾਂ ਤੁਸੀਂ ਇਦਾਂ ਕਲੀਅਰ ਕਰ ਦਿੰਦੇ ਹੋ, ਤਾਂ ਇਦਾਂ ਕੋਈ ਪ੍ਰੋਬਲਮ ਪਿੱਛੇ ਰਹਿੰਦੀ ਹੋ ਨਹੀਂ ਹੈਗੀ ਕਿ ਨਹੀਂ ਸਮਝ ਆਇਆ ਕੋਈ ਕੁਐਸਚਨ ਇਦਾਂ। ਬਹੁਤ ਥੈਂਕ ਹਾਂ ਯੂ ਜੀ, ਸਟੱਡੀ ਤੁਹਾਡੀ ਬਹੁਤ ਵੀ ਵਧੀਆ ਹਿੰਮਤ ਸਰ ਤੁਹਾਡੀ। ਹੈਗੀ ਹੈ ਜੀ, ਤੁਸੀਂ ਕੋਸ਼ਿਸ਼ ਕੀਤੀ, ਨਾਲ ਮੈਂ ਪੜਾਇਆ, ਤੁਸੀਂ ਉਹਨੂੰ ਫਿਰ ਪੜਿਆ, ਉਹਦੇ ਤੇ ਮਿਹਨਤ ਕੀਤੀ, ਦੋਵਾਂ ਦੀ ਮਿਹਨਤ ਨਾਲ। ਔਰ ਦੂਸਰੀ ਗੱਲ ਕਿ ਰੱਬ ਦੀ, ਪਰਮਾਤਮਾ ਦੀ ਵੀ ਨਾਲ ਮਦਦ ਹੁੰਦੀ ਹੈ ਤਾਂ ਇਹ ਕੰਮ ਹੁੰਦਾ ਹੈ। ਹਾਂਜੀ ਮੈਂ ਉਮੀਦ ਕਰਨਾ ਇਨਸ਼ਾਅੱਲਾ ਦੂਸਰੇ ਵੀ ਦੋਸਤ 100% ਪਾਸ ਹੋਣਗੇ, ਕਿਉਂਕਿ ਸਾਰੇ ਅਸੀਂ ਉਸੇ ਰਾਹ ਤੇ ਚੱਲ ਰਹੇ ਹਾਂ ਜਿਸ ਰਾਹ ਤੇ ਰਮਨਦੀਪ ਜੀ ਚੱਲਦੇ ਹੋ, ਰਾਜੇ ਪਾਸ ਹੋ ਗਏ ਨੇ ਇਨਸ਼ਾਅੱਲਾ। ਹਿੰਮਤ ਹਾਰਨ ਵਾਲੇ ਤੁਸੀਂ ਵੀ ਨਹੀਂ, ਹਿੰਮਤ ਹਾਰਨ ਵਾਲਾ ਮੈਂ ਵੀ ਨਹੀਂ, ਤੇ ਅੱਲਾ ਤਾਲਾ ਸਭ ਨੂੰ ਕਾਮਯਾਬ ਕਰੇ। ਰਮਨਦੀਪ ਜੀ, ਤੁਹਾਨੂੰ ਦੁਬਾਰਾ ਕੰਗ੍ਰੈਚੁਲੇਸ਼ਨ, ਮੁਬਾਰਕਬਾਦ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅੱਲਾ ਤਾਲਾ ਤੁਹਾਨੂੰ ਹਰ ਮੈਦਾਨ 'ਚ ਕਾਮਯਾਬ ਕਰੇ, ਔਰ ਗਵਿਦਿਆਂ ਵਿੱਚ ਵੀ ਤੁਸੀਂ ਜ਼ਰੂਰ ਰਾਬਤਾ ਕਰਿਆ ਜੇ, ਕੁਛ ਚੀਜ਼ਾਂ ਮੈਂ ਡਿਸਕਸ ਕਰਾਂਗਾ ਤੇ ਉਹ ਈਜ਼ੀ ਹੋ ਜਾਏਗਾ। ਥੈਂਕ ਯੂ ਵੈਰੀ ਮੱਚ ਜੀ।